की कहानी हुई है पानी दी? पानी दी कहानी की होनी थी, बस कोई दुश्मनी कट गया। अच्छा, मोटर ऑटोमेटिक ला गया ना, ग्रिप कड्डे हुई सी का हैगे सी ना, ग्रिप कड्डे हुए थे, कड्डे हुए सी, पा के चला गया कोई, पा के चला गया। अच्छा जी, हाँ। फुल कल बढ़नी थी, बस कल ही कम कर गया। सही गल है, हुण की अगला मूहरे मुंह दिखाउण जोगा रहूगा, बड्डी तां जाऊगी 5-4 दिन, 10 दिन तक, 15 दिन तक, उधर नूं मंडियां चक्कियां जाणगियां। सही गल है, असीं बेचांगे किथे पहलां, आए देखो। सही गल है। संग लै दोस्तों, 2 किले ना कोई खड़ी जीरी दे पानी दे भर गया, 12 घंटे चला गया रात नूं मोटर, ग्रिप कड्डे हुए सीगे, सारी गल्लबात। भाई वाहन भी है जिहड़ा 2 किले ठेके ते लैते हुए सीगे, ਜਿਹੜੀ ਜੀਰੀ ਪਾਣੀ ਦੀ ਭਰ ਕੇ ਗਿਆ ਵਾਹਣ, 2 ਕਿੱਲੇ ਠੇਕੇ ਲੈਤਾ ਹੋਇਆ ਸੀਗਾ। ਦੇਖਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਰ, ਬਣ ਕੇ ਕਿਸਾਨ ਹੋਣ ਦੇ ਨਾਂ 'ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹੀ ਆਪਣੀ ਰਿਕੁਐਸਟ ਹੈ, ਅਤੇ ਹੈਲਪ ਚਾਹੇ ਨਾ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। 1 ਕਿੱਲਾ ਖੜ੍ਹਾ ਅਤੇ 1 ਇੱਧਰ ਕਿੱਲਾ ਖੜ੍ਹਾ ਹੈਗਾ, ਫੁੱਲ ਭਰ ਗਿਆ। ਲੈ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਨਾਮ ਆਪਣਾ? ਸਰਬਜੀਤ ਸਿੰਘ। ਕਿਹੜਾ ਪਿੰਡ ਹੈ? ਬੁੱਗਰ। ਕੀ ਗੱਲਬਾਤ ਹੋਈ ਹੈ, ਕੀ ਕਹਾਣੀ ਹੋਈ ਹੈ ਪਾਣੀ ਦੀ? ਪਾਣੀ ਦੀ ਕਹਾਣੀ ਕੀ ਹੋਣੀ ਸੀ, ਬਸ ਕੋਈ ਦੁਸ਼ਮਣੀ ਕੱਢ ਗਿਆ। ਅੱਛਾ, ਮੋਟਰ ਆਟੋਮੈਟਿਕ ਲਾ ਗਿਆ ਨਾ, ਗ੍ਰਿਪ ਕੱਢੇ ਹੋਈ ਸੀਗਾ ਹੈਗੇ ਸੀ ਨਾ, ਗ੍ਰਿਪ ਕੱਢੇ ਹੋਏ ਤੇ, ਕੱਢੇ ਹੋਏ ਸੀ, ਪਾ ਕੇ ਚਲਾ ਗਿਆ ਕੋਈ, ਪਾ ਕੇ ਚਲਾ ਗਿਆ। ਅੱਛਾ ਜੀ, ਹਾਂ। ਫੁੱਲ ਭਰ ਗਿਆ 2 ਕਿੱਲੇ? 2 ਕਿੱਲੇ ਪੂਰੇ। ਆਹ ਦੇਖ ਲਓ, ਲੈ ਆਹ ਦੇਖੋ ਵੀ, ਪਾਣੀ ਫੁੱਲ ਭਰ ਗਿਆ 2 ਕਿੱਲੇ, ਦੇਖ ਸਕਦੇ ਹੋ ਤੁਸੀਂ। ਤੇ ਕਿੱਦੇ ਵੱਢਣੀ ਸੀਗੀ ਇਹ? ਬਸ ਅੱਜ ਵੱਢਣੀ ਸੀ, ਅੱਜ ਵੱਢਣੀ ਸੀਗੀ। ਹਾਂ ਜੀ, ਅੱਜ ਵੱਢਣੀ ਸੀ। ਇੱਧਰ ਆਹ ਵੱਡੀ ਪਈ ਆ ਨਾਲੇ, ਇਹ ਕਿਵੇਂ ਆ? ਇਹ ਕਣਕ ਬੀਜਣੀ ਸੀ, ਇੱਥੇ ਕਣਕ ਬੀਜਣੀ ਸੀ, ਇੱਧਰ ਕਣਕ ਬੀਜਣੀ। ਇਹਨੂੰ ਕਿੰਨੇ ਦਿਨ ਹੋ ਗਏ ਸੀ ਵੱਡੀ ਨੂੰ? ਇਹਨੂੰ ਹੋ ਗਏ ਤੇ 7-8 ਦਿਨ ਹੋ ਗਏ ਤੇ ਵੱਡੀ ਨੂੰ। ਇਹਨੂੰ ਇਹ ਛੋਡੀ ਆ ਕਿ ਕਿਸੇ ਦੀ ਆ? ਨਾ, ਇਹ ਵੀ ਕਿਸੇ ਦੀ ਆ, ਵਿਚਾਰੇ ਦੀ, ਉਹ ਵੀ ਗਰੀਬ ਬੰਦੇ ਤੇ। ਅੱਛਾ, ਤੇ ਉਹ ਵੀ ਰੋਂਦੇ ਨੇ। ਠੀਕ ਹੈ, ਟੱਬਰ ਵੀ ਕਣਕ ਲੇਟ ਹੋ ਗਈ ਆਪਣੀ। ਠੀਕ ਹੈ, ਆ ਤੇਰੇ ਨਾਲ ਤਾਂ ਜੰਮੀ ਗਰੀਬ ਮਾਰ ਹੋ ਗਈ ਹੈ ਨਾ, ਇਦੋ ਗਰੀਬ ਮਾਰ ਕੀ ਹੋਊ ਸਰਦਾਰੋ। ਅੱਛਾ ਜੀ, ਹਾਂ ਸਹੀ ਗੱਲ ਹੈ, ਆ ਤਾਂ ਘੱਟ ਆ, ਅੰਦਰ ਸਾਰੇ ਪਾਣੀ ਸਾਰੇ ਭਰ ਗਿਆ ਹੈ, ਸਾਰੇ ਭਰ ਗਏ 2 ਕਿੱਲੇ। ਕਿੰਨਾ ਟਾਈਮ ਮੋਟਰ ਚੱਲੀ ਗਈ ਹੈਗੀ? ਮੋਟਰ ਚੱਲ ਗਈ ਤਕਰੀਬਨ 12 ਘੰਟੇ ਮੋਟਰ ਚੱਲ ਗਈ। ਲੈ ਆਹਦਾ ਯਾਰ ਬੁਰਾ ਹਾਲ, ਕਿੰਨੇ ਘੰਟੇ ਮੋਟਰ ਚੱਲ ਗਈ? 12 ਘੰਟੇ ਮੋਟਰ ਚੱਲ ਗਈ, 12 ਘੰਟੇ। ਇੱਥੇ ਪਾਣੀ ਹੈਗਾ ਗਾ? ਹਾਂ ਜੀ, ਪਾਣੀ ਬੁੱਕ ਭਰ ਕੇ ਦਿਖਾ। ਲੈ ਅੱਛਾ ਜੀ, ਆਹਦਾ ਯਾਰ ਜਮੀ ਧੱਕਾ, ਜੀਰੀ ਵੱਢਣ ਦੇ ਬੱਲੀ ਤੋੜ ਕੇ ਲਿਆ ਮਾੜੀ ਜੀ, ਦੇਖਾਂ ਜੀ ਜਮੀ ਦਾਣਾ ਕੋਈ ਇੱਕ ਵੀ ਨਹੀਂ ਕੱਚਾ ਹੈਗਾ, ਸਾਰੇ ਪੱਕੇ ਦਾਣੇ ਨੇ ਜੀ। ਅੱਛਾ ਜੀ, ਹਾਂ ਲੈ ਦੇਖਾਂ ਇੱਧਰ ਦਿਖਾ, ਵਿਆਜ ਤੇ ਫੜ ਕੇ ਪੈਸੇ ਬਾਹਣ ਲੈਤਾ ਸੀ ਠੇਕੇ ਤੇ। ਅੱਛਾ, ਹੁਣ ਘਾਟਾ ਪਊਗਾ? ਘਾਟਾ ਤਾਂ ਪਊਗਾ, ਹੁਣ ਜੀਰੀ ਡਿੱਗ ਜੂ, ਉੱਤੋਂ ਮੌਸਮ ਖਰਾਬ ਆ, ਮੀਂਹ ਦਾ ਨਹੀਂ ਵੀ ਪਤਾ ਹਨਾ, ਇੱਕ ਉੱਤੋਂ ਮੀਂਹ ਪੈ ਗਿਆ, ਉੱਤੋਂ ਪਾਣੀ ਛੱਡ ਗਿਆ, ਉੱਤੋਂ ਪਾਣੀ ਛੱਡ ਗਿਆ। ਸਹੀ ਗੱਲ ਆ, ਹੁਣ ਇਹ ਜੀਰੀ ਕਿੰਨੇ ਦਿਨਾਂ ਨੂੰ ਵੱਢੋਗੇ ਫਿਰ? ਇਹ ਹੁਣ ਘੱਟੋ ਘੱਟ 10 ਦਿਨ ਤਾਂ ਲਈ ਜਾਊਗੀ, ਇਹ 10-15 ਦਿਨ ਲਈ ਜਾਊਗੀ। ਸਹੀ ਗੱਲ ਹੈ, ਕਿਰਨਾਂ ਦੇ ਕਿਰ ਹੁਣ ਟੁੱਟ ਜਾਣਗੀਆਂ ਬੱਲੀਆਂ? ਬੱਲੀਆਂ ਹਾਂ ਟੁੱਟਣੀਆਂ, ਇਹਦਾ ਭੁਰੀ ਜਾਂਦੀ ਆ ਯਾਰ, ਲੈ ਉਹਦਾ ਜਮੀ ਭੁਰੀ ਜਾਂਦੀ ਆ ਯਾਰ, ਭੁਰੂ ਤਾਂ ਹੈ, ਹੈ ਸੁੱਕੀ ਪਈ ਆ, ਭੁਰੀ ਵਲੀ ਜਾਂਦੀ ਆ, ਤਾਂ ਨੁਕਸਾਨ ਹੋਊਗਾ ਨਾ। ਨੁਕਸਾਨ ਹੋ ਗਿਆ, ਹੋ ਗਿਆ, ਹੋ ਗਿਆ ਨੁਕਸਾਨ ਜਮਾ। ਕਿੰਨਾ ਵਾਹਨ ਠੇਕੇ ਦਾ ਦਰ ਲਵੇ? ਇਹ 2 ਕਿੱਲੇ ਨੇ ਆਪਣੇ ਕੋਲੇ ਤਾਂ। ਅੱਛਾ, 2 ਕਿੱਲੇ ਨੇ, ਹਾਂ। ਕੀ ਰੇਟ ਨੂੰ ਹੈਗਾ ਇਹ? ਇਹ 75,000 ਨੂੰ ਆ ਜੀ, 75,000 ਨੂੰ ਕਿੱਲਾ, ਹਾਂ ਠੀਕ ਹੈ। ਸਾਡੀ ਟਰੈਕਟਰ ਟੱਪਾ ਆਪਦਾ ਤਿਰ ਲਵੇ? ਨਾ ਜੀ, ਕੁਛ ਨਹੀਂ ਹੈਗਾ, ਕੁਛ ਨਹੀਂ ਹੈਗਾ। ਅੱਛਾ ਜੀ, ਹਾਂ ਕਿਰਾਏ ਤੇ ਵੀ ਬੀਜੇ ਆਉਣੇ ਹੋ? ਹੈ, ਕਿਰਾਏ ਤੇ ਦੀ ਸਾਰਾ ਕੁਛ, ਕਿਰਾਏ ਤੇ ਸਾਰਾ ਕੁਛ ਕਰਾਇਆ ਤੀ, ਆਦਾ ਲੈ ਕਰਤੀ, ਆਦਾ ਗਰੀਬ ਮਾਰੀ ਹੋ ਗਈ, ਦੇਖ ਸਕਦੇ ਹੋ ਤੁਸੀਂ। ਤੇ 12 ਘੰਟੇ ਮੋਟਰ ਚੱਲੀ ਗਈ ਆ ਬੰਬ ਬੁਲਾ ਤੇ ਹਨਾ, ਹੁਣ ਕਿੰਨੇ ਘੰਟੇ ਹੋ ਗਏ ਮੋਟਰ ਬੰਦ ਕੀਤੀ ਨੂੰ? ਮੋਟਰ ਸਵੇਰੇ ਕੀਤੀ ਆ, ਸਵੇਰੇ ਕੀਤੀ ਆ, ਸਾਰੀ ਰਾਤ ਪਈ ਗਿਆ, ਸਾਰੀ ਰਾਤ ਚੱਲ ਗਈ ਕੋਈ, ਇੱਧਰ ਵੀ ਪੈ ਗਿਆ, ਆਹ ਦੇਖ ਲਓ, ਲੈ ਇੱਧਰ ਲਾਵੇ, 4 ਕਿੱਲੇ ਭਰਤੇ, 2 ਕਿੱਲੇ ਵੱਡੇ ਹੋਏ ਉਹਨਾਂ ਦੇ ਭਰਤੇ, 2 ਕਿੱਲੇ ਤੇਰੇ ਭਰਤੇ, ਹਾਂ 2 ਕਿੱਲੇ ਆਪਣੇ ਖੜੇ ਭਰਤੇ। ਸਹੀ ਗੱਲ ਆ, ਲੈ ਦੇਖ ਸਕਦੇ ਹੋ ਤੁਸੀਂ। ਤੇ ਕਿਸੇ ਵੀਰ ਨੇ ਮਦਦ ਕਰਨੀ ਹੋਵੇ ਤਾਂ ਇਹਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਲੈ ਦੇਖੋ ਨੰਬਰ ਬੋਲ ਦੇ ਤੇਰਾ, ਜ਼ਿਆਦਾ ਨੰਬਰ ਆ, ਬੋਲ ਦੇ 84-275-64-106-84-275-64-106। ਲੈ ਦੇਖੋ ਦੋਸਤੋ, ਆਹ ਕਰੋ ਤੁਸੀਂ ਚੈੱਕ, ਗਰੀਬ ਮਾਰੀ ਹੋ ਗਈ, ਪਾਣੀ ਖੜਾਤਾ, ਅਤੇ 2 ਕਿੱਲੇ ਠੇਕੇ 'ਤੇ ਲੈ ਕੇ ਕਰਦਾ ਇਹ ਖੇਤੀ ਵੀ, ਦੇਖ ਸਕਦੇ ਹੋ ਤੁਸੀਂ। ਲੈ ਪਾਣੀ ਕਿਵੇਂ ਖੜਾ ਜੀਰੀ 'ਚ, ਇੱਧਰ ਦੇਖੋ, ਚੈੱਕ ਕਰੋ, ਲੈ ਫਿਰਦਾ ਪਾਣੀ ਸਾਰੇ ਕਿਤੇ,
ठेके दे लैके करदा गा ये स्टार्टर कित्थे लग्या होया गा उत्थे आदा हाँ ठीक आ हो उत्थे लग्या होया स्टार्टर उत्थों आउंदा पानी ठीक है होर की कहना चाहेगा फिर होर की कहना बस हाँ लोकां ने तां वढ के गट्टे भी भरते दिवाली भी मना ली दिवाली भी मना ली हाँ साडी तां दिवाली आ कोई एही जी मना के गया बस दिवाली बिच ही रहेगी साडी अच्छा जी हाँ जो दिवाली तो बाद घरे उरे आके पता लग गया भी एदा होर दिवाला कढ गया साडा कोई वड्डा दिवाला कढ गया जी साडा वड्डा अच्छा जी असीं तां हले आस करदे ते भी जी वड्डांगे आपां कल नूं वड्डांगे ठीक है जदों आए बस मन उदासी च बस उठ ही नहीं रहा शरीर देख के जदों अपनी जेंसी खराब होगी जदों तेरी यही मर गई है ना जीरी मर गई यार हाँ सही मैं कणक भी लेट हो जू 15 दिन भरावो होना भी यही जी गल बात ना किसी ना करया करो गाह बात सही गल गरीब मार ना करया करो तेरे लिए बता ही 2 किले सी आही 2 किले थे अपने को ਵੱਡੀ ਤਾਂ ਜਾਊਗੀ 5-4 ਦਿਨਾਂ 10 ਦਿਨਾਂ ਤੇ 15 ਦਿਨਾਂ ਤੇ ਉਹਦੋਂ ਮੰਡੀਆਂ ਚੱਕੀਆਂ ਜਾਣਗੀਆਂ ਸਹੀ ਗੱਲ ਹੈ ਅਸੀਂ ਵੇਚਾਂਗੇ ਕਿੱਥੇ ਪਹਿਲਾਂ ਐਂ ਦੇਖੋ ਸਹੀ ਗੱਲ ਹੈ ਸੰਗਰੂਰ ਲੈ ਜੀ ਫਿਰ ਕਿਰਾਇਆ ਪਊਗਾ ਕਿਰਾਇਆ ਪੈ ਜੂ ਉਦੋਂ ਬਾਅਦ ਤਾਂ ਇਹਨੂੰ ਊਈ ਖਾ ਜਾਣਗੇ ਉੱਥੇ ਭੂਤ ਵੱਡੇ ਨੇ ਲਿਆ 2 ਕਿੱਲੇ ਨੇ ਦੋਸਤੋ ਦਿਖਾਉਣੇ ਆਪਾਂ ਤੁਹਾਨੂੰ ਕਿਸੇ ਨੇ ਨਾ ਪਾਣੀ ਦੇ ਭਰਤੇ ਜਾਵਾਂ ਮੋਟਰ ਲਵੇ ਜਾ ਕੇ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਸਾਰੀ ਗੱਲਬਾਤ ਵੀ ਕਰਾਵਾਂ ਇੱਕ ਕਿਸਾਨ ਨਾਲ ਬਹੁਤ ਜ਼ਿਆਦਾ ਨਿਰਾਸ਼ ਆ ਕਣਕ ਬੀਜਣੀ ਸੀਗੀ ਦੋਸਤੋ ਇਹ ਬਾਈ ਦਾ ਨਾਮ ਆ ਸਰਬਜੀਤ ਹੈਗਾ ਪਿੰਡ ਹੈਗਾ ਬੁੱਗਰ ਜ਼ਿਲ੍ਹਾ ਸੰਗਰੂਰ ਨੇੜੇ ਧਨੌਲਾ ਮੰਡੀ ਕਿਸੇ ਵੀਰ ਨੇ ਕੋਈ ਵੀ ਇਹਦੇ ਨਾਲ ਗੱਲ ਕਰਨੀ ਆ ਤਾਂ ਇਹਦਾ ਨੰਬਰ ਹੈਗਾ 84 275 64 1 ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਕਰ ਦਿਓ ਫੋਲੋ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹੀ ਰਿਕੁਐਸਟ ਆ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਕੀ ਕਹਿਣਾ ਚਾਹੇਗਾ ਫਿਰ ਹੋਰ ਕੀ ਕਹਿਣਾ ਬਸ ਹਾਂ ਲੋਕਾਂ ਨੇ ਤਾਂ ਵੱਢ ਕੇ ਗੱਟੇ ਵੀ ਭਰਤੇ ਦਿਵਾਲੀ ਵੀ ਮਨਾ ਲਈ ਹਾਂ ਸਾਡੀ ਤਾਂ ਦਿਵਾਲੀ ਆ ਕੋਈ ਇਹੀ ਜਿਹੀ ਮਨਾ ਕੇ ਗਿਆ ਬਸ ਦਿਵਾਲੀ ਵਿੱਚ ਹੀ ਰਹੇਗੀ ਸਾਡੀ ਅੱਛਾ ਜੀ ਹਾਂ ਜਦੋਂ ਦਿਵਾਲੀ ਤੋਂ ਬਾਅਦ ਘਰੇ ਉਰੇ ਆ ਕੇ ਪਤਾ ਲੱਗਿਆ ਵੀ ਇਹਦਾ ਹੋਰ ਦਿਵਾਲਾ ਕੱਢ ਗਿਆ ਸਾਡਾ ਕੋਈ ਵੱਡਾ ਦਿਵਾਲਾ ਕੱਢ ਗਿਆ ਜੀ ਸਾਡਾ ਵੱਡਾ ਅੱਛਾ ਜੀ ਅਸੀਂ ਤਾਂ ਹਲੇ ਆਸ ਕਰਦੇ ਤੇ ਵੀ ਜੀ ਵੱਢਾਂਗੇ ਆਪਾਂ ਕੱਲ ਨੂੰ ਵੱਢਾਂਗੇ ਠੀਕ ਹੈ ਤੇ ਜਦੋਂ ਆਏ ਬਸ ਮਨ ਉਦਾਸੀ ਚ ਬਸ ਉੱਠ ਹੀ ਨਹੀਂ ਰਿਹਾ ਸਰੀਰ ਦੇਖ ਕੇ ਜਦੋਂ ਆਪਣੀ ਜੈਂਸੀ ਖਰਾਬ ਹੋ ਗਈ ਜਦੋਂ ਤੇਰੀ ਇਹੀ ਮਰ ਗਈ ਹੈ ਨਾ ਜੀਰੀ ਮਰ ਗਈ ਯਾਰ ਹਾਂ ਸਹੀ ਮੈਂ ਕਣਕ ਵੀ ਲੇਟ ਹੋ ਜੂ 15 ਦਿਨ ਭਰਾਵੋ ਹੋਣਾ ਵੀ ਇਹੀ ਜੀ ਗੱਲਬਾਤ ਨਾ ਕਿਸੇ ਨਾਲ ਕਰਿਆ ਕਰੋ ਗਾਹ ਵਾਸਤੇ ਸਹੀ ਗੱਲ ਹੈ ਗਰੀਬ ਮਾਰ ਨਾ ਕਰਿਆ ਕਰੋ ਤੇਰੇ ਲਈ ਤਾਂ ਆਹੀ 2 ਕਿੱਲੇ ਸੀਗੇ ਆਹੀ 2 ਕਿੱਲੇ ਤੇ ਆਪਣੇ ਕੋਲੇ ਤਾਂ ਕਿਵੇਂ ਦੇਣੇ ਸੀ ਪੈਸੇ ਕਿਸੇ ਦੇ ਦੇਣੇ ਆੜਤੀਆਂ ਦੇ ਦੇਣੇ ਨੇ ਹਲੇ ਅੱਛਾ ਜੀ ਆੜਤੀਆਂ ਰੋਜ਼ ਕਹਿੰਦਾ ਵੀ ਜੀਰੀ ਲਿਆ ਵੱਢ ਜੀਰੀ ਵੱਢ